ਸਾਡੇ ਉਹ ਬੂਆ ਜੀ ਲੜਕੇ ਜੀ ਕੀ ਨਾਮ ਸੀਗਾ ਉਹਨਾਂ ਦਾ ਮਸਲਾ ਇਸ ਤਰ੍ਹਾਂ ਸੀਗਾ ਜੀ ਕੁਛ ਦਿਨ ਪਹਿਲਾਂ ਨਾ ਉਹਨਾਂ ਦੀ ਵਾਈਫ ਸੀਗੀ ਜਿਹੜੀ ਉਹ ਬੱਚੀ ਨੂੰ ਲੈ ਕੇ ਅਤੇ ਕੁਛ ਇਹਨਾਂ ਦਾ ਗਹਿਣਾ ਕੱਟਾ ਅਤੇ ਪੈਸੇ ਵਗੈਰਾ ਸਾਰਾ ਕੁਛ ਲੈ ਕੇ ਉਹ ਕਿਸੇ ਹੋਰ ਪਰਸਨ ਨਾਲ ਕਿਸੇ ਨਾਲ ਚਲੀ ਗਈ ਅਤੇ ਉਹਦੇ ਚੱਕਰ ਮੈਂ ਇਹਨਾਂ ਨੇ ਥਾਣੇ ਦਰਖਾਸਤ ਦਿੱਤੀ ਸੀਗੀ ਅਤੇ ਜੋ ਵੀ ਇਹਨਾਂ ਨੇ ਕਾਰਵਾਈ ਕਰੀ ਥਾਣੇ ਵਾਲੇ ਨੇ ਕਰੀ ਜਾਂ ਨਹੀਂ ਕਰੀ ਉਹ ਤਾਂ ਹਾਲੇ ਪਤਾ ਲੱਗੂ ਬਾਅਦ ਮੈਂ ਜੀ ਅਤੇ ਉਹਦੇ ਕਰਕੇ ਡਿਪਰੈਸ਼ਨ ਮਾ ਆਉਣ ਕਰਕੇ ਉਹਨਾਂ ਨੇ ਆਤਮ ਹੱਤਿਆ ਕਰੀ ਹੈ ਜੀ ਮਸਲਾ ਕੀ ਲੱਗ ਰਿਹਾ ਤੁਹਾਨੂੰ ਕੀ ਮਸਲਾ ਆਇਆ ਸਾਰਾ ਮਸਲਾ ਇਸ ਤਰ੍ਹਾਂ ਸੀਗਾ ਜੀ ਜਿਹੜੀ ਉਹਨਾਂ ਦੀ ਵਾਈਫ ਸੀਗੀ ਉਹ ਕਿਸੇ ਦੇ ਮਤਲਬ ਕਿਸੇ ਬੰਦੇ ਦੇ ਕਿਸੇ ਸੰਬੰਧ ਦੇ ਵਿੱਚ ਆ ਗਈ ਉਹਦੇ ਆਉਣ ਕਰਕੇ ਉਹ ਕਿਸੇ ਬੰਦੇ ਨਾਲ ਹੀ ਚਲੀ ਗਈ ਹਾਂਜੀ ਬਿਲਕੁਲ ਲੱਗ ਰਿਹਾ ਜੀ ਦੇਖੋ ਇਸ ਤਰ੍ਹਾਂ ਦਾ ਕੋਈ ਜਾ ਨਹੀਂ ਸਕਦਾ ਕਿਸੇ ਪਾਸੇ ਕਿਉਂਕਿ ਕਰੀਬ 14 ਸਾਲ ਦੇ ਕਰੀਬ ਵਿਆਹ ਨੂੰ ਹੋ ਗਿਆ ਉਹਨਾਂ ਦੀ ਬੱਚੀ ਵੀ ਕੁਛ 4-5 ਸਾਲ ਦੀ ਬੱਚੀ ਹੈ ਜੀ ਕਿਸ ਤਰ੍ਹਾਂ ਫਸਾ ਲਿਆ ਜੀ ਫਿਰ ਇਹਨਾਂ ਨੇ ਪੱਖੇ ਨਾਲ ਲਟਕ ਕੇ ਜੀ ਜਿਹੜਾ ਫੈਨ ਹੁੰਦਾ ਜੀ ਉਹਨਾਂ ਲਟਕ ਕੇ ਪੱਖੇ ਨਾਲ ਅਤੇ ਉਹਨਾਂ ਨੇ ਆਤਮ ਹੱਤਿਆ ਕਰੀ ਪਤਾ ਲੱਗਿਆ ਕਿ ਘਰ ਤੋਂ ਗਹਿਣਾ ਔਰ ਪੈਸੇ ਲੈ ਗਈ ਸੀ ਕਿੰਨੇ ਕੁ ਗਹਿਣੇ ਔਰ ਪੈਸੇ ਗਹਿਣੇ ਕੁਛ ਜੋ ਇਹਨਾਂ ਨੇ ਪਹਿਲਾਂ ਇਹਨਾਂ ਨੂੰ ਰਿਪੋਰਟ ਦਿੱਤੀ ਸੀਗੀ ਥਾਣੇ ਦੇ ਵਿੱਚ ਜੀ ਅਤੇ ਉਹਦੇ ਵਿੱਚ ਕੁਛ 7-8 ਤੋਲੇ ਦਾ ਜ਼ਿਕਰ ਕਰਿਆ ਇਹਨਾਂ ਨੇ ਅਤੇ ਬਾਕੀ ਹਾਲੇ ਇਹਨਾਂ ਦਾ ਕੁਛ ਪੈਸਾ ਧੇਲਾ ਜੋ FDI ਵਗੈਰਾ ਉਹ ਤਾਂ ਜਦੋਂ ਪੁਲਿਸ ਇਨਵੈਸਟੀਗੇਸ਼ਨ ਕਰੂਗੀ ਉਹਦੇ ਬਾਅਦ ਫਿਰ ਪਤਾ ਲੱਗੂਗਾ ਜੀ ਕਿਆ ਕੁਛ ਲੈ ਗਈ ਉਹ ਮੇਰੇ ਭਰਾ ਦੇ ਨਾ ਭਰਜਾਈ ਅਤੇ ਨਜਾਇਜ਼ ਸਮਾਨ ਤੇ ਕਿਸੇ ਦੇ ਸਾਥ ਅਤੇ ਪਤਾ ਲੱਗਿਆ ਜੀ ਪਤਾ ਤੋਂ ਸਾਰਾ ਸਮਾਨ ਵੀ ਲੈ ਗਈ ਜੀ ਚੱਕ ਕੇ ਗਹਿਣਾ ਕੱਟਾ ਜੀ ਹਾਂਜੀ ਸਾਰਾ ਸਮਾਨ ਲੈ ਗਈ ਗਹਿਣਾ ਕੱਟਾ ਜੀ ਅਤੇ ਉਹਦੀ ਪ੍ਰੈਸ਼ਰ ਵਿੱਚ ਆ ਕੇ ਮੇਰੇ ਭਾਈ ਨੇ ਆਤਮ ਹੱਤਿਆ ਕੀਤੀ ਨਹੀਂ ਮਤਲਬ ਕਿ ਜਦੋਂ ਤੁਹਾਨੂੰ ਪਤਾ ਤਾਂ ਵੀ ਨਜਾਇਜ਼ ਸਬੰਧਾਂ ਕਰਕੇ ਆਤਮ ਹੱਤਿਆ ਕੀਤੀ ਕਿਆ ਪੁਲਿਸ ਨੇ ਤੁਹਾਡੀ ਕੋਈ ਸੁਣਵਾਈ ਨਹੀਂ ਕੀਤੀ ਹੈਗੀ ਜੀ ਕੀ ਮੰਗ ਕਰਦੇ ਹੋ ਪੁਲਿਸ ਤੋਂ ਜੀ ਅਸੀਂ ਤਾਂ ਪ੍ਰਚਾਰ ਇਹੀ ਮੰਗ ਕਰਦੇ ਹਾਂ ਵੀ ਜਿਹਦੇ ਦੋਸ਼ੀਆਂ ਦੇ ਖਿਲਾਫ਼ ਪਰਚਾ ਦਰਜ ਕੀਤਾ ਜਾਵੇ ਸਰ ਅੱਜ ਇੱਕ ਨੌਜਵਾਨ ਜਿਹੜਾ ਹੈ ਬਿਕਰਮਜੀਤ ਸਿੰਘ ਜਿਹਦੀ ਉਮਰ 38 ਸਾਲ ਹੈ ਪਿੰਡ ਝੰਜੇੜੀ ਦੇ ਇੱਕ ਨੌਜਵਾਨ ਨੇ ਜਿਹੜਾ ਫਾਹਾ ਲਿੱਤਾ ਹੈ ਕੀ ਮਸਲਾ ਹੈ ਜੀ ਕੀ ਕਹਿਣਾ ਚਾਹੁੰਦੇ ਹੋ ਜੀ ਸਾਡੇ ਕੋਲ ਇਨਫੋਰਮੇਸ਼ਨ ਆਈ ਸੀ ਚਰਹੇੜੀ ਪਿੰਡ ਦੇ ਇੱਕ ਨੌਜਵਾਨ ਨੇ ਜਿਸਦੀ ਉਮਰ ਬਿਕਰਮ ਸਿੰਘ ਜਿਸਦੀ ਉਮਰ ਕਰੀਬ 38-40 ਸਾਲ ਹੈ ਉਹਨੇ ਸੁਸਾਈਡ ਕੀਤਾ ਹੈ ਇਹ 2007 ਦਾ ਮੈਰਿਡ ਸੀਗਾ ਅਤੇ ਇਹਦੀ ਵਾਈਫ ਪਿਛਲੇ ਮਹੀਨੇ ਕੁਛ ਦੇਰ ਪਹਿਲਾਂ ਆਪਣੀ 5 ਸਾਲ ਦੀ ਬੇਟੀ ਨੂੰ ਲੈ ਕੇ ਕਿਤੇ ਬਾਹਰ ਚਲੇ ਗਈ ਸੀ ਅਤੇ ਇਹਨਾਂ ਦਾ ਕਹਿਣਾ ਹੈ ਕਿ ਕੋਈ ਉਹਨੂੰ ਉਕਸਾਉਂਦਾ ਸੀ ਪਿੰਡ ਵਾਲਿਆਂ ਦੇ ਅਤੇ ਭਰਾ ਦਾ ਕਹਿਣਾ ਕਿ ਕੋਈ ਉਹਨੂੰ ਉਕਸਾਉਂਦਾ ਸੀ ਇਹ ਕਰਦਾ ਜਿਸ ਕਰਕੇ ਉਹਦੀ ਵਾਈਫ ਚਲੇ ਗਈ ਅਸੀਂ ਇਨੀਸ਼ਲੀ ਪ੍ਰੀਲੀਮਿਨਰੀ ਇਨਕੁਆਇਰੀ 'ਤੇ ਇੱਕ ਵਾਰ ਜੋ ਤੱਤ ਸਾਹਮਣੇ ਆਏ ਨੇ ਉਹਦੇ ਬੇਸ 'ਤੇ ਉਹਦੀ ਵਾਈਫ ਦੇ ਖਿਲਾਫ਼ ਮੁਕੱਦਮਾ ਦਰਜ ਕਰ ਰਹੇ ਹਾਂ ਅਤੇ ਉਸਦੇ ਖਿਲਾਫ਼ ਜਿਹੜੇ ਬਾਕੀ ਪਰਚੇ 'ਚ ਬੰਦਿਆਂ ਦੀ ਸ਼ਮੂਲੀਅਤ ਆਊਗੀ ਉਹਨਾਂ ਨਾਲ ਨੋਮੀਨੇਟ ਕੀਤਾ ਸਰ ਪਤਾ ਲੱਗਿਆ ਕਿ ਮ੍ਰਿਤਕ ਨੇ ਜਿਹੜਾ ਹੈ ਕੁਛ ਦਿਨ ਪਹਿਲਾਂ SSP ਨੂੰ ਦਰਖਾਸਤ ਦਿੱਤੀ ਸੀ ਕਿ ਮੇਰੀ ਪਤਨੀ ਜਿਹੜੀ ਹੈ ਘਰ ਤੋਂ 9-10 ਤੋਲੇ ਸੋਨਾ ਅਤੇ ਕੁਛ ਪੈਸੇ ਲੈ ਕੇ ਜਿਹੜੀ ਹੈ ਕਿਸੇ ਬੰਦੇ ਦੇ ਨਾਲ ਜਿਹੜੀ ਹੈ ਫਰਾਰ ਹੋ ਗਈ ਹੈ ਉਹ ਐਪਲੀਕੇਸ਼ਨ 'ਤੇ ਕੀ ਕਾਰਵਾਈ ਕੀਤੀ ਜਾ ਰਹੀ ਹੈ ਜੀ ਨਹੀਂ ਉਹਦੇ 'ਤੇ ਵੀ ਨਾਲ ਹੀ ਕਾਰਵਾਈ ਹੋਊਗੀ ਜਿਹੜੇ ਉਹ ਫੈਕਟਸ ਹੈ ਉਹ ਸਾਰਿਆਂ ਨੂੰ ਵੈਰੀਫਾਈ ਕੀਤਾ ਜਾਊਗਾ ਕੀ ਗੱਲ ਹੈ ਕੀ ਬਾਤ ਹੈ ਉਹਦੇ ਹਿਸਾਬ ਨਾਲ ਜੋ ਤੱਤ ਸਾਹਮਣੇ ਆਉਣਗੇ ਉਹਦੇ ਹਿਸਾਬ ਨਾਲ ਕਾਰਵਾਈ ਕੀਤੀ ਸਰ ਇਹ ਨਜਾਇਜ਼ ਸਬੰਧਾਂ ਦਾ ਮਸਲਾ ਹੈ ਜੀ ਨਹੀਂ ਜੀ ਹਜੇ ਤਾਂ ਕੋਈ ਐਸੀ ਗੱਲ ਸਾਹਮਣੇ ਨਹੀਂ ਸਰ ਜਿਹੜੀ ਔਰਤ 'ਤੇ ਪਰਚਾ ਦਰਜ ਕੀਤਾ ਗਿਆ ਉਹਦਾ ਨਾਮ ਕੀ ਹੈ ਜੀ ਹਜੇ ਉਹ ਪਤਾ ਕਰਨਾ ਜੀ ਗੁਰਪ੍ਰੀਤ ਕੌਰ ਨਾਮ ਹੈ ਉਹਦਾ ਜਿਹੜੀ ਵਾਈਫ ਹੈ ਇਹਦੀ ਕਿਹੜੀ ਕਿਹੜੀ ਧਾਰਾ ਨਾਲ ਪਰਚਾ ਦਰਜ 306 ਦੇ ਅੰਡਰ ਦਾ ਪਰਚਾ ਦਰਜ ਕਰਾਂਗੇ ਜੀ ਇਹ ਕਿਆ ਜਿਹੜਾ ਮਰਨ ਵਾਲੇ ਨੂੰ ਮੌਤ ਲਈ ਨੁਕਸਾਨ ਦੇ ਉਹਦੇ ਮਾ ਕਰਿਆ ਜੀ ਕੀ ਮਜਬੂਰ ਕਰਨ ਲਈ ਹੁੰਦਾ ਜੀ ਅੱਛਾ ਹਾਂਜੀ 306 IPC